आज मैं बहुत खुश हाँ, नवा साल आ गए, नवे साल ही मैं बहुत खुश हाँ, खुशी महसूस कर रहा जाना, बहुत खुश हाँ बहुत, क्यों मैं इनकम जरिए ना यूट्यूब की कंप्लीट थी होना लिए। सरेकी टीवी चैनल की वीडियो देखने के लिए हमारे सरेकी टीवी चैनल को सब्सक्राइब करें। वालेकुम, क्या हाल है सब्सक्राइबर संगा साहब, ठीक हो? उम्मीद करना तो सारे बिरा खरिया ना तो ठीक हो बिरा, मैं मदर अब्बास तुसो मेरा यूट्यूब चैनल लेते पे हो सरेकी टीवी चैनल बिरा, वीडियो शुरू करने के पहले एक मिनट छोटी रुकाइश, मेरे यूट्यूब सरेकी टीवी चैनल को कर देना सब्सक्राइब, सवाल करना वीडियो शुरू। हूँ लेना मैं ज़्यादा चक्कर अपने देहाती पास है जी, तन देहाती पास है ना, देहाती इलाके उन्हें ही वेना पाँ तो दे पो मेरी पोजिशन के, तो पहले मैं कहता चौक बाजार ही घोटाले उतना खीर का घुट पी के ना, खीर पी के पीछे डुल के सुखो तीन देहाती माहौल ही दिख लैनू, देहाती इलाका दिख लैनू, ठीक है? तो डुल के उतनी अपनी माँ अपनी जा ही सकूँ। हूँ मैं पहुंच चुका होटल है, होटल है गोदा खीर वाला दादा मसाज की रही बड़ा पंजार वाला खीर पिला सु पिला खीर दी चनक बड़ा दादा खीर पीनू आज पीछे डुल दूँ तो गुमूरी वाली जात है जक्कल होना जाती लाना जाती इलाका मैं फीस गिन गया जो तुझे खीर भरने खीर का गुट पीनू उन नाल रहते कामनी से बंदी है ते वो नदा फीस है नहीं तो तुझे हम बिया कांता खुला नहीं मैं नहीं खीर का गुट पीगनू ये चौक बाजार यानी मैन बाजार सखी सवाद है ते मशहूर होटल है। अदायरो लेई करे घ्यू दा पियो आगे और औरंग नव चुल्ला नहीं बलदा आ मशहूर जा बेटे क्या करूं मेरा एक दिन आ रहा मारी आ घ्यू दा पियो ए शाबाजी बल्ला टीवी आ खैर हुई ਇਹਦਾ ਗੁੱਟ ਪੀਨੋ ਤੇ ਆਓ ਬਿਸਮਿਲ੍ਲਾ ਜਦ ਮੈਂ ਪੀਣਾ ਪਿਆ ਦਾ ਡੁੱਲਦੇ ਵੀ ਘਰ ਘਰ ਵਾਲੀ ਸਾਈਡ ਦੇ ਉੱਤੇ ਤੇ ਡੁੱਲ ਕੇ ਮਾਂ ਆਪਣੀ ਚਾਬੀ ਚਨਾ ਚਾਬੀ ਗਿਆ ਭੁੱਲ ਤੇ ਜਾ ਦੇ ਉੱਤੇ ਠੀਕ ਹੈ ਨਾ ਚਾਬੀ ਚਾਹ ਕੇ ਵਾਲਾ ਡੁੱਲਦੇ ਵੀ ਜਾ ਦੇ ਉੱਤੇ ਜਾ ਦੇ ਡੁੱਲ ਕੋ ਮਾਹੌਲ ਲਿਖ ਲੈ ਨੂੰ ਠੀਕ ਹੈ ਨਾ ਪਹਿਲੇ ਘਰ ਨੂੰ ਘਰ ਦੇ ਨੂੰ ਕੰਮ ਹੋਇਆ ਤੇ ਪੀ ਜਨਾ ਡੁੱਲ ਤੂੰ ਵੀ ਕੰਮ ਨਾ ਹੋਇਆ ਤੇ ਪੀ ਜੇ ਡੁੱਲ ਤੂੰ ਗਮੂਲੇ ਵਾਲੀ ਸਾਈਡ ਦੇ ਜਾਤ ਵਾਲੇ ਪਾਸੇ ਤੇ ਆਪਣੀ ਚਾਬੀ ਕੀਤੀ ਸੀ ਚਾਹ ਜਾ ਦੀ ਤੇ ਹੁਣ ਡੁੱਲਦੇ ਵੀ ਨਹੀਂ ਤੇ ਅੰਮੀ ਹਟ ਕੇ ਅੱਗੇ ਜਾ ਤੇ ਨਾ ਵਨ ਜਾ ਤੇ ਉਹਦੇ ਵਨ ਜਵੇਂ ਨਹੀਂ ਤੇ ਸੀਏ ਸਰਦੀ ਬਹੁਏ ਤੁਹਾਡੇ ਬਿਮਾਰ ਨਾ ਤੀ ਬਹੁਏ ਯਾਰ ਅੰਮੀ ਦਾ ਕੀ ਸਹੀਏ ਕਿਆ ਕਰਾਂ ਮਜਬੂਰ ਆ ਤੁਹਾਡਾ ਵੀਰ ਲੱਗੋ ਤੁਹਾਡੀ ਗੱਲਾਂ ਦੇ ਮਾਹੌਲ ਹੁਣ ਡੁੱਲਦੇ ਵੀ ਨਹੀਂ ਠੀਕ ਹੈ ਨਾ ਅੰਮੀ ਕੋ ਆਪ ਤੋਂ ਕੰਨ ਸੇ ਗਏ ਅੰਮੀ ਕੋ ਵਾਲਾ ਕੋਲ ਮਿਲ ਤੂੰ ਵੀਰਾ ਹੁਣ ਮੈਂ ਪਹੁੰਚਾ ਜਾ ਤੇ ਉੱਤੇ ਦੇ ਰੋਡ ਕ੍ਰਾਸ ਕੀਤੇ ਰੋਡ ਕ੍ਰਾਸ ਕਰਨ ਬਹੁ ਵੱਡੀ ਔਕੀ ਗੱਲ ਹੈ ਤੇ ਬੰਦਾ ਗਾਡੀ ਲੰਘਦੀ ਪਈ ਨਾ ਪਿੱਛੇ ਨਹੀਂ ਕੀਤੀ ਨਾ ਕ੍ਰਾਸ ਗਾਡੀ ਲੰਘਦੀ ਪਈ ਨਾ ਪਿੱਛੇ ਉਹ ਯਾਰ ਮੁਸ਼ਕਿਲ ਬੰਦੇ ਰੋਡ ਕ੍ਰਾਸ ਕਰਨ ਕਿਉਂ ਜਾਤ ਵਾਲਾ ਪਾਸੇ ਨਾ ਜਾਤ ਵਾਲੇ ਪਾਸੇ ਮੈਂ ਵਾਲਾ ਆਣ ਕੇ ਕਿਉਂ ਸ਼ਾਰ ਯਾਰ ਸ਼ਾਰ ਹੀ ਤੇ ਜਾਤ ਹੀ ਜਾਵਾਂਗੇ 45 ਮਿੰਟ ਮੈਂ ਕੋ ਲੱਗ ਜਾਣ ਹੁਣ ਡੁੱਲਦੇ ਵੀ ਤੁਸੀਂ ਜਾ ਦੇ ਉੱਤੇ ਇਹ ਅਦਾ ਇਹ ਮੈਂ ਕਿ ਸੀ ਉਹ ਸੀ ਉੱਤਰ ਸਰਦੀ ਉਹ ਸੀ ਯਾਰ ਟੁੱਟਦੇ ਪੈਦਲ ਬੰਦਾ ਟੁੱਟੇ ਨਾ ਉਹ ਪਗਾ ਛੁੱਟ ਬੰਦੇ ਠੀਕ ਹੈ ਨਾ ਦੁੱਪੀ ਨਿਕਤੀ ਕਰੀਏ ਅੱਲਾਹ ਦਾ ਫਜ਼ਲ ਕਰਮ ਨਾਲ ਅਤੇ ਸਾਡੀ ਤੋਲੀ ਮੱਠੀ ਹੈ ਅਤੇ ਜਿਹਾ ਥੱਕ ਬੰਦਾ ਪੈਦਲ ਟੁੱਟਦਾ ਯਾਰ ਥੱਕ ਬੰਦਾ ਅਦਾ ਹੁਣ ਪਹੁੰਚਾ ਨਾ ਮੈਂ ਜਾ ਦੇ ਉੱਤੇ ਠੀਕ ਹੈ ਨਾ ਅੱਗੋਂ ਤੇ ਥੋੜ੍ਹਾ ਬਹੁਤ ਰਸਤੇ ਮੈਂ ਛਾਂ 'ਤੇ ਸਹੀ ਕੱਟ ਗਈ ਨਾ ਸਹੀ ਕੱਟ ਗਏ ਅਤੇ ਡੁੱਲੂ ਤਾਈ ਅਤੇ ਵਧੀਆ ਜੀ ਖੁਸ਼ਖਬਰੀ ਸੁਣਨਾ ਤੇ ਕੋ ਨਵੇਂ ਸਾਲ ਦੀ ਨਵੀਂ ਖੁਸ਼ੀ ਸੁਣਨਾ ਸਕੂੰ ਠੀਕ ਹੈ ਨਾ ਨਵੇਂ ਸਾਲ ਦੀ ਖੁਸ਼ੀ ਕਰੀਏ ਮੇਰੀ ਵੀਡੀਓ ਸਕਿਪ ਨਾ ਕਰ ਸੋ ਵੀਡੀਓ ਪੂਰੀ ਦੇਖ ਸੋ ਅਤੇ ਤਾਂ ਵਾਲ ਮੈਂ ਸਗੋਂ ਆਪਣੀ ਨਵੇਂ ਸਾਲ ਦੀ ਨਵੀਂ ਖੁਸ਼ੀ ਸਗੋਂ ਦੱਸੇ ਸਾਂ ਠੀਕ ਹੈ ਨਾ ਸਹੀ ਕੱਟ ਗਈ ਨੂੰ ਠੀਕ ਹੈ ਨਾ ਮੈਂ ਕਿ ਸਹੀ ਕੱਟ ਗਈ ਨਾ ਬਾਅਦ ਨਾਲ ਹੀ ਤੋਲੀ ਦੂਰ ਹੈ ਬਾਅਦ 2 ਮਿੰਟ ਦਾ ਸੁਪਾ ਦੇ ਸਾਰਾ ਅਤੇ ਸਹੀ ਕੱਟ ਗਏ ਹਵਾ ਟੱਡੀ ਖੁੱਲੀ ਗਈ ਵੀ ਓਏ।
ਪੱਗਾਂ ਸੁੱਕਿਆ ਗਏ ਅਤੇ ਸੀ ਲੱਗਣ ਲੱਗ ਜਾਂਦੇ ਇੱਕ ਵਾਰ ਸਰਦੀ ਸਰਦੀ ਬਹੁ ਯਾਰ ਛੱਡੀ ਹਵਾ ਖੁੱਲ੍ਹਦੀ ਪਈ ਨਹੀਂ ਨਾਵਾਂ ਵਾਲੀ ਕਰਦੀ ਨਹੀਂ ਨਾਵਾਂ ਨਹੀਂ ਬਣਨਾ ਮੀਂਹ ਨਾਲ ਬਾਰਿਸ਼ ਨਹੀਂ ਨਾਵਾਂ ਆਉਂਦੇ ਬਰਫ ਬਰਫ ਆਉਂਦੀ ਬਰਫ ਵਾਲਾ ਗੋਲਾ ਆਉਂਦੇ ਇਹ ਉਵੇਂ ਕੋਲੇ ਵਾਲੀ ਕਰ ਯਾਨੀ ਬਰਫ ਲੱਗ ਬਰਫ ਵਾਲੀ ਗੱਲ ਯਾਨੀ ਜੀ ਲੱਗਦੀ ਪਈ ਹਵਾ ਛੱਡੀ ਯਾਖ ਇਹ ਕੱਟ ਕੀਤੀ ਅਸੀਂ ਹੁਣ ਡੁੱਲਦੇ ਪਿਓ ਠੀਕ ਨਾ ਹੁਣ ਸਾਰਾ ਬੈਕਗਰਾਊਂਡ ਯਾਨੀ ਦਿਹਾਤ ਦਾ ਪਾਸੇ ਨਾਲ ਗਮੂਲੀ ਜਿਉਂ ਤੁਸਾਂ ਸ਼ਹਿਰ ਅਰੇ ਵਜਾਂਦਾ ਗਾਓ ਸਿਰਫ ਉਹ ਗਾਓ ਹੈ ਸਾ ਸਰੇਕੀ ਬੋਲੀ ਕਿ ਗੁਆਦੂ ਜਾਤੀ ਇਲਾਕਾ ਜਾਤੀ ਔਰ ਸ਼ਹਿਰ ਠੀਕ ਹੈ ਨਾ ਵੀ ਦਿਹਾਤ ਅਸਾਂ ਸਰੇਕੀ ਬੋਲੀ ਆ ਤੂੰ ਦਿਹਾਤ ਵਾਲਾ ਪਾਸਾ ਠੀਕ ਹੈ ਨਾ ਅਤੇ ਉੱਤਾਂ ਉਰਦੂ ਹੀ ਜ਼ਿਆਦਾ ਗਾਓ ਹੁਣ ਮੈਂ ਦਿਹਾਤ ਵਾਲੇ ਪਾਸੇ ਆਇਆ ਉਹਦਾ ਯਕੀਨ ਕਰੋ ਇਹ ਦਿਹਾਤ ਦਾ ਪਾਸਾ ਹੈ ਸਾਰਾ ਅਤੇ ਬਸ ਨੇੜੇ ਜਾ ਮੇਰੀ ਰਾਹ ਹਵਾ ਠੱਡੀ ਗੁਲੀ ਕਰੀ ਵੇ ਕਸਮ ਨਾਲ ਬਸ ਠੱਡੀ ਹਵਾ ਗੁਲੀ ਕਰੀ ਨਹੀਂ ਨਾਵੇਂ ਵਾਲੀ ਗੱਲ ਲੱਗਦੀ ਵੀ ਇਹ ਮੈਂ ਕੋਟ ਤੈਨੂੰ ਵਧੀਆ ਅੰਮੀ ਤੂੰ ਰਹਿ ਕੇ ਅਗਰ ਸਰਦੀ ਹੈ ਉਹਦੇ ਨਾਵਾਂ ਉਹਦੇ ਨਾਵਾਂ ਕਿਆ ਵਨ ਕਰਨੀ ਅਤੇ ਸਰਦੀ ਬਹੁ ਹੈ ਬਾਕੀ ਯਾਰ ਅੱਗੋਂ ਤਾਂ ਤੌਲੀ ਜਿਹੜੀ ਗਰਮੀ ਮਹਿਸੂਸ ਥਈਏ ਇੱਦਾਂ ਸਰਦੀ ਯਾਨੀ ਕਾਨੀ ਸਰਦੀ ਹੈ ਉੱਦਾਂ ਤੋਲਗੋ ਰਸਤੇ 'ਚ ਗਰਮੀ ਮਹਿਸੂਸ ਥਈਏ ਇੱਦਾਂ ਗਰਮੀ ਦਾ ਨਾ ਇਨਸ਼ਾਨ ਕਾਨੀ ਹਵਾ ਠੱਡੀ ਹਵਾ ਬਹੁ ਲੱਗਦੀ ਵੀ ਹੈ ਕਿਉਂ ਦਿਹਾਤ ਵਾਲਾ ਪਾਸਾ ਉਹਨੇ ਨਾ ਦਿਹਾਤ ਵਾਲੇ ਪਾਸੇ ਸਰਦੀ ਬਹੁ ਹੋਣੀ ਹੈ ਹਾਂ ਸ਼ਹਿਰ ਹੀ ਇੱਦਾਂ ਸਰਦੀ ਕਾਨੀ ਹੋਣੀ ਆਹ ਧੁੰਦ ਟਾਏ ਪੋਏ ਜਾਂ ਬਾਰਿਸ਼ 'ਚ ਪੋਏ ਪਿੱਛੇ ਠੱਠ ਪੈ ਵੀ ਸ਼ਹਿਰ 'ਚ ਹੀ ਦਿਹਾਤ ਵਾਲੇ ਪਾਸੇ ਬਹੁ ਪੈਂਦੀ ਹੈ ਪਿੱਛੇ ਮਾਮੂ ਖੜਿਆ ਵਾ ਅਤੇ ਪਿੱਛੇ ਵੀਡੀਓ ਨਾ ਭਰਾ ਉਹਨੇ ਸੀ ਮਾਮੂ ਕਿਉਂ ਮਾਮੂ ਆਦੇ ਹਾਲੀ ਵੀਡੀਓ ਨਾ ਭਰਾ ਜੇ ਜਾ ਮੁਕੰਮਲ ਤੀ ਹੋਏ ਜੇ ਰਿਐਕਸ਼ਨ ਕਰੋ ਪਿੱਛੇ ਵੀਡੀਓ ਸ਼ੀਡੋ ਭਰਾਵੀ ਹਾਲੀ ਨਾ ਭਰਾ ਵੀਡੀਓ ਨਾ ਕਰਾਵੇ ਮਾਮੂ ਦੇਖੂ ਜਾਦ ਉੱਤੇ ਦੇ ਪਿਓ ਸਰਦੀ ਬਹੁ ਯਾਰ ਅੰਦਰੋਂ ਡੁੱਲ ਕੋਟੇ ਨਹੀਂ ਡੁੱਲ ਪਾਣੂ ਪਿਆ ਬਰਾਂਡੇ 'ਚ ਪਾਣੂ ਡੁੱਲ ਕਿਆ ਸਕੋ ਖੁਸ਼ੀ ਦੀ ਖਬਰ ਸੁਣਾ ਮੇਰੇ ਦਿਲ ਦੀ ਕਿਆ ਖੁਸ਼ੀ ਹੈ ਕਿਆ ਮੈਂ ਖੁਸ਼ੀ ਮਹਿਸੂਸ ਕਰਨਾ ਪਿਆ ਕਿਹੜੀ ਸ਼ਾਇਦ ਖੁਸ਼ੀ ਮਹਿਸੂਸ ਪਿਆ ਕਰਨਾ ਅੱਜ ਮੈਂ ਆਪਣੇ ਵੀਵਾਂ ਨਾਲ ਸ਼ੇਅਰ ਪਿਆ ਕਰਨਾ ਠੀਕ ਹੈ ਨਾ ਅਤੇ ਮੇਰੀ ਵੀਡੀਓ ਸਕਿਪ ਨਾ ਕਰੋ ਪੂਰੀ ਦੇਖੋ ਵੀਵਾਰ ਠੀਕ ਹੈ ਨਾ ਅਤੇ ਉਹ ਖੁਸ਼ੀ ਜਿਹੜੀ ਮੇਰੇ ਕੋਲ ਨਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਪਿਆ ਠੀਕ ਹੈ ਨਾ ਅੱਗੋਂ ਤੋਂ ਮਜ਼ੀਦ ਇਨਸ਼ਾਅੱਲਾ ਤੁਸੀਂ ਮੇਰੀ ਮੈਂ ਵੀਡੀਓ ਦੇਖਦੇ ਰਹੋ ਮੈਂ ਮਜ਼ੀਦ ਖੁਸ਼ੀ ਯਾਨੀ ਮੈਂ ਤੁਹਾਡੇ ਅੱਲਾਹ ਦੀ ਰਹਿਮਤ ਹੀ ਸੀ ਠੀਕ ਹੈ ਨਾ ਇਹ ਨਵੇਂ ਸਾਲ ਦੀ ਨਵੀਂ ਖੁਸ਼ੀ ਸੁੱਖ ਸੁਣਨਾ ਪਿਆ ਅੱਜ ਸੁੱਖ ਖੁਸ਼ੀ ਦਾ ਅੱਜ ਸ਼ੇਅਰ ਕਰ ਚੁਣਾ ਯਾਰ ਚੱਲਾਂ ਇੱਦਾਂ ਅੱਜ ਮੈਂ ਜਾ ਤਾਂ ਸ਼ੇਅਰ ਨਹੀਂ ਕਰਨਾ ਠੀਕ ਹੈ ਨਾ ਅੱਜ ਮੈਂ ਖੁਸ਼ੀ ਗੱਲ ਤਾਂ ਨਹੀਂ ਦੱਸਣਾ ਵੱਲ ਡੁੱਲ ਤੂੰ ਆਪਣੀ ਜਾ 'ਤੇ ਸ਼ਹਿਰ ਵਾਲੀ ਜਾ 'ਤੇ ਠੀਕ ਹੈ ਉੱਤੇ ਹੀ ਡੁੱਲ ਕੇ ਸਕੂੰ ਆਪਣੀ ਖੁਸ਼ੀ ਦਾ ਇਜ਼ਹਾਰ ਦੱਸਣਾ ਆਪਣੀ ਖੁਸ਼ੀ ਦੀ ਗੱਲ ਦੱਸਣਾ ਅਤੇ ਮੈਂ ਅੱਜ ਕਿਉਂ ਖੁਸ਼ ਹਾਂ ਕਿਉਂ ਖੁਸ਼ ਹਾਂ ਠੀਕ ਹੈ ਨਾ ਹੁਣ ਡੁੱਲੂ ਵਾਲਾ ਹੁਣ ਟਾਈਮ ਬਹੁਤ ਹੀ ਗਏ ਹੁਣ ਵਾਲਾ ਡੁੱਲੂ ਸ਼ਹਿਰ ਵਾਲੀ ਜਾ 'ਤੇ ਕਿਉਂ ਹਾਲੀ ਕੰਪਲੀਟ ਕਾਹਨੀ ਤੀ ਨਾ ਜਿਹੜੇ ਵਾਲੇ ਕੰਪਲੀਟ ਕੀਤੀ ਸੀ ਵੀ ਤੇ ਇੱਦਾਂ ਰਿਹਾਇਸ਼ੀ ਕਰ ਸੂੰ ਬਸ ਵੀ ਤਈ ਆਪਣੀ ਹੀ ਨਵੀਂ ਜਾ 'ਤੇ ਠੀਕ ਹੈ ਨਾ ਹਾਂ ਡੁੱਲਦੇ ਪਿਓ ਸ਼ਹਿਰ ਇੱਦਾਂ ਹਵਾ ਬਹੁ ਹੈ ਹਵਾ ਦੀ ਇਹਦੇ ਨਾਲ ਆਵਾਜ਼ ਮੇਰੀ ਮੋਬਾਈਲ ਕੈਚ ਨਹੀਂ ਕਰਨਾ ਠੀਕ ਹੈ ਨਾ ਅਤੇ ਹੁਣ ਸ਼ਹਿਰ ਡੁੱਲ ਕੇ ਵਾਲਾ ਉੱਤੇ ਹੀ ਡੁੱਲ ਕੇ ਮੈਂ ਆਪਣੀ ਖੁਸ਼ੀ ਸ਼ੇਅਰ ਕਰਾਂ ਕਿਉਂ ਮੇਰਾ ਮਾਮੂ ਆ ਗਿਆ ਅਤੇ ਮਾਮੂ ਦੇ ਵਿੱਚ ਮੈਂ ਇੱਦਾਂ ਵੀਡੀਓ ਨਹੀਂ ਭਰਾ ਸਕਿਆ ਅਤੇ ਡੁੱਲ ਕੇ ਉੱਤੇ ਹੀ ਸ਼ਹਿਰ ਹੀ ਆਪਣਾ ਡੁੱਲ ਕੇ ਸੁੱਕੋ ਅੱਜ ਇਹ ਦਿਲ ਦੇ ਦਿਓ ਦਿਲ ਦਿਲ ਹੀ ਬਹੁਤ ਖੁਸ਼ੀ ਹੈ ਠੀਕ ਹੈ ਨਾ ਬਹੁ ਖੁਸ਼ੀ ਬਹੁ ਇਤਨਾ ਖੁਸ਼ ਹਾਂ ਜਿਤਨਾ ਹੱਦ ਨਹੀਂ ਦਿਲ ਦੇ ਵਿੱਚ ਬਹੁਤ ਖੁਸ਼ੀ ਹੈ ਸੋ ਅੱਜ ਮੈਂ ਸ਼ੇਅਰ ਕਰਨਾ ਪਿਆ ਠੀਕ ਹੈ ਨਾ ਹਾਂ ਸੋ ਮੈਂ ਜਿਹੜਾ ਦੱਸਿਆ ਨਾ ਖੁਸ਼ੀ ਅੱਜ ਮੈਂ ਸ਼ੇਅਰ ਕਰਨਾ ਪਿਆ ਤੁਹਾਡੇ ਪਿਆਰ ਨਾਲ ਕਿਉਂ ਮੇਰੀ ਨਵੇਂ ਸਾਲ ਦੀ ਨਵੀਂ ਵੀਡੀਓ ਨਾਲ ਮੈਨੂੰ ਖੁਸ਼ੀ ਜਿਹੜੀ ਕਹੀ ਹੈ ਮੇਰੇ ਯੂਟਿਊਬ ਦੀ ਜਿਹੜੀ ਇਨਕਮ ਹੈ ਨਾ ਉਹ ਕੰਪਲੀਟ ਯੂਟਿਊਬ ਇਨਕਮ ਇਹੀ ਕੰਪਲੀਟ ਕਰਨ ਪਹਿਲਾਂ ਮੇਰਾ ਪਿੰਨ ਸੀ ਪਿੰਨ ਦੇ ਬਾਅਦ ਵਿੱਚ ਮੈਂ ਇਨਕਮ 'ਚ ਸਾਂ ਉਹ ਜਿਹੜੀ ਪਿੰਨ ਕਿਤੇ ਇਨਕਮ ਹੋਣੀ ਨਾ ਵੀ ਇਨਕਮ ਉਹ ਜਿਹੜੀ ਯਾਨੀ ਪੂਰੇ ਡਾਲਰ ਪੂਰੇ ਦਿਨਾਂ 'ਤੇ ਇਨ ਪਿੰਨ ਕਿਤੇ ਅਪਲਾਈ ਨਹੀਂ ਹੋਣੀ ਪੈਂਦੀ ਉਹ ਮੇਰੇ ਡਾਲਰ ਯਾਨੀ ਕੰਪਲੀਟ ਥੀ ਉਹਨਾਂ ਲੈਣ ਅਤੇ ਮੈਂ ਪਿੰਨ ਕਿਤੇ ਰਿਪਲਾਈ ਦੇਸਾਂ ਔਰ ਮੈਂ ਜੋ ਪਿੰਨ ਮੇਰੀ ਉਸੀ ਪਿੰਨ ਕਿਤੇ ਉਹਦਾ ਰਿਪਲਾਈ ਦੇ ਕੇ ਮੈਂ ਆਪਣੀ ਇਨਕਮ ਕੱਢੇਗਾ
ਮੇਰੇ ਦਿਲ ਦੀ ਖੁਸ਼ੀ ਇਹ ਹੈ ਠੀਕ ਹੈ ਨਾ ਇਹ ਮਾਂ ਬਾਪ ਤੁਸੀਂ ਵੀਰਾਂ ਕੋਲ ਦੱਸਣਾ ਚਾਹ ਸ਼ੇਅਰ ਕਰ ਦੇਵਾਂ ਅੱਜ ਨਵਾਂ ਸਾਲ ਹੈ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਮੇਰੀ ਪਿੰਨ ਵਾਲੀ ਜਿਹੜੀ ਪਿੰਨ ਆਉਂਦੇ ਨਾ ਜਿਹੜਾ ਯੂਟਿਊਬ ਪਿੰਨ ਦੇ ਨਹੀਂ ਕੋਡ ਉਹ ਪਿੰਨ ਜਿਹੜੀ ਆਉਂਦੀ ਨਾ ਉਹਦੀ ਇਨਕਮ ਮੇਰੀ ਪੂਰਾ ਸੀ ਵਾਲੀ ਹੈ ਪਿੱਛੇ ਜਿਹੜਾ ਮੇਰਾ ਪਿੰਨ ਸੀ ਮੈਂ ਪਿੰਨ ਹੀ ਤੁਹਾਨੂੰ ਆਪਣੇ ਵੀਰਾਂ ਨਾਲ ਸ਼ੇਅਰ ਕਰਾਂ ਅਤੇ ਇਨਸ਼ਾ ਅੱਲਾ ਜਿਹੜੀ ਇਨਕਮ ਸੀ ਉਹੀ ਮੈਂ ਆਪਣੇ ਵੀਵਰ ਕੋਲ ਦੱਸੇ ਸਾਂ ਅੱਜ ਮੈਂ ਤਰੋਂ ਖੁਸ਼ ਹਾਂ ਇਹ ਮੇਰੀ ਖੁਸ਼ੀ ਦਾ ਇਲਾਜ ਮੇਰੀ ਵੀਡੀਓ ਕਿਵੇਂ ਲੱਗੀ ਠੀਕ ਨਾ ਤਈ ਮੈਂ ਆਪਣੀ ਵੀਡੀਓ ਦਾ ਕਰਨਾ ਅੰਤ ਦੀ ਐਂਡ ਅਤੇ ਮੇਰੀ ਵੀਡੀਓ ਅਗਰ ਤੁਹਾਨੂੰ ਅੱਛੀ ਲੱਗੇ ਤਾਂ ਇੱਕ ਲਾਈਕ ਕਰ ਦਿਓ ਸੰਗਾ ਸਾਹਿਬ ਦੋਸਤਾਂ ਨੂੰ ਸ਼ੇਅਰ ਕਰ ਦਿਓ ਮੇਰੇ ਯੂਟਿਊਬ ਸਰੇਕੀ ਟੀ ਵੀ ਚੈਨਲ ਕੋਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਸਲਾਮ।